ਜਿਹਦੀ ਕਰਦਾ ਕਰਦੇ ਬਸ ਨਹੀਂ ਉਹ ਕਿਉਂ ਨਾ ਕਰਾਂ ਮੈਂ ਪ੍ਰਚਾਰ ਕਿਉਂ ਨਾ ਕਰਾਂ ਮੈਂ ਜਿਹੜਾ ਆਪਾਂ ਨੂੰ ਤੁਸੀਂ ਅੰਮ੍ਰਿਤ ਛਕਣ ਵਿੱਚ ਤੁਹਾਨੂੰ ਜਿਹੜਾ ਮਿਲਿਆ ਗੁਰਮੰਤਰ ਉਹ ਤੁਸੀਂ ਪ੍ਰਚਾਰ ਕਰਦੇ ਹੋ ਨਾ ਉਹਦਾ ਵਿੱਚ ਕਰਦੇ ਆ ਤੇ ਬਾਕੀ ਤੁਸੀਂ ਵਿੱਚ ਤੁਸੀਂ ਵੈਰੂ ਵੈਰੂ ਤਾਂ ਨਹੀਂ ਕੀਤਾ ਨਾਲ ਉਹਦੇ ਸਿੰਘ ਆਏ ਉਹਦੇ ਨਾਲ ਤੁਸੀਂ ਵੀ ਕਰ ਲੈਣਾ ਸੀ ਨਾ ਮੈਂ ਕਰਨਾ ਸੀ ਕੰਮ ਚਲੋ ਮੈਨੂੰ ਪਤਾ ਲੱਗ ਗਿਆ ਜੀ ਪਤਾ ਲੱਗ ਗਿਆ ਮੈਂ ਰੋਜ਼ ਵਿਚਰਦਾ ਜੀ 20 ਸਾਲ ਹੋ ਗਏ ਕੌਣ ਕੌਣ ਕਿੱਥੇ ਕਿੱਥੇ ਸੀ ਮੈਂ ਤੁਹਾਨੂੰ ਪਹਿਲਾਂ ਮੈਂ ਕਮੇਟੀ ਤੁਹਾਡੀ ਕਮਜ਼ੋਰ ਨਾ ਸੀ ਕਦੀ ਨਹੀਂ ਸੁਣਾਉਣਾ ਜੀ ਕਮੇਟੀ ਦਾ ਸਤਿਕਾਰ ਕਰਦਾ ਹਾਂ ਕਿਉਂਕਿ ਇਹਨਾਂ ਨੇ ਸੱਦਿਆ ਸੀ ਪਰਵਾਨ ਸੱਦਿਆ ਸੀ ਤਾਂ